ਆ ਟਿੱਟੀ ਜੀ ਬੰਜਾ ਵਿੱਚ ਮੈਨੂੰ ਕਿਹਾ ਸੀ ਕਿ ਜੀ ਮੈਂ ਤੈਨੂੰ ਬਾਸ ਦੂੰਗੀ, ਹਾਂ ਮੈਂ ਤੈਨੂੰ ਜੂੜੀ ਚਾਸ ਦੂੰਗੀ, ਇੱਕ ਵਾਰੀ ਕੀਤੀ ਗੱਲ ਹੋਰ ਤੇ ਗੋਲੀ ਤੇਰੇ, ਹਾਂ ਗੋਲੀ ਤੇਰੇ ਯੇ, ਮੈਂ ਗੋਲੀ ਮਾਰ ਦੂੰਗੀ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਲਦਾਰ ਤੁਹਾਡਾ ਆਪਣਾ ਹੋਸਟ ਤੇ ਦੋਸਤ, ਐਂਡ ਤੁਸੀਂ ਦੇਖ ਰਹੇ ਹੋ ਮਰਜਾਣਾ ਟੀਵੀ। ਦੋਸਤੋ, ਗੋਪੀ ਲੌਂਗੀਆ ਤੇ ਸੋਨੀ ਗਰੂ ਬਹੁਤ ਹੀ ਘੱਟ ਸਮੇਂ ਵਿੱਚ ਫੇਮਸ ਹੋਏ ਅਜਿਹੇ ਸਟਾਰ ਜਿਨ੍ਹਾਂ ਦੇ ਬਹੁਤ ਹੀ ਜ਼ਿਆਦਾ ਕੱਟਰ ਫੈਨ ਬਣ ਗਏ ਨੇ। ਹਰ ਇੱਕ ਉਹਨਾਂ ਦਾ ਫੈਨ ਉਹਨਾਂ ਦੇ ਨਵੇਂ ਆ ਰਹੇ ਗਾਣੇ ਦੀ ਵੇਟ ਕਰ ਰਿਹਾ ਹੈ, ਜਿਸ ਗਾਣੇ ਦਾ ਨਾਮ ਹੈ ਬਾਂਦਰੀ। ਜੀ ਹਾਂ ਦੋਸਤੋ, ਇਹ ਗਾਣਾ ਆ ਰਿਹਾ ਹੈ ਪ੍ਰੀਤ ਸਿਆਂ ਨਾਲ। ਪ੍ਰੀਤ ਸਿਆਂ ਪੰਜਾਬੀ ਇੰਡਸਟਰੀ ਦੇ ਅਜਿਹੇ ਸਿੰਗਰ ਨੇ ਜੋ ਗੋਪੀ ਲੌਂਗੀਆ ਅਤੇ ਸੋਨੀ ਗਰੂ ਦੀ ਬਹੁਤ ਹੀ ਜ਼ਿਆਦਾ ਹੈਲਪ ਕਰਦੇ ਪਏ ਨੇ ਤੇ ਉਹਨਾਂ ਦੇ ਨਾਲ ਖੜੇ ਹੋਏ ਨੇ। ਸੋ ਦੋਸਤੋ, ਗੱਲ ਕਰਾਂਗੇ ਅੱਜ ਦੀ ਵੀਡੀਓ ਬਾਰੇ, ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਸੋਨੀ ਗਰੂ ਤੇ ਗੋਪੀ ਲੌਂਗੀਆ ਗੰਨੇ ਦਾ ਜੂਸ ਕੱਢਦੇ ਪਏ ਨੇ, ਕਹਿ ਸਕਦੇ ਹਾਂ ਕਿ ਰੋਹ ਕੱਢਦੇ ਪਏ ਨੇ। ਆਓ ਦੋਸਤੋ, ਉਸ ਵੀਡੀਓ ਵੱਲ ਇੱਕ ਝਾਤ ਮਰਾਉਂਦੇ ਆ। ਤੇ ਜੇ ਤੁਸੀਂ ਵੀ ਗੋਪੀ ਲੌਂਗੀਆ ਤੇ ਸੋਨੀ ਗਰੂ ਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਉਹਨਾਂ ਲਈ ਵਧੀਆ ਵਧੀਆ ਕਮੈਂਟ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ। ਸੋ ਦੋਸਤੋ, ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਵੱਧਦੇ ਆ ਉਸ ਵੀਡੀਓ ਵੱਲ। ਸਾਡੇ ਬੰਦੇ ਕਹਿੰਦੇ ਵੀ ਅਸੀਂ ਜੂਸ ਦੀ ਰੇਹੜੀ ਚਲਾਇਆ ਕਰਨੀ ਆ, ਨਾਲ ਨਾਲ ਬਿਜ਼ਨਸ, ਕਿਉਂਕਿ ਸਿੰਗਿੰਗ ਲੈਣ ਵਾਲਾ ਕੰਮ ਤੁਹਾਨੂੰ ਪਤਾ ਘੱਟ ਹੈ, ਤੇ ਅਸੀਂ ਨਾਲ ਗੰਨਿਆਂ ਦੀ ਰੇਹੜੀ ਲਾ ਲਈ ਆ। ਤੇ ਇਹ ਹੈਗਾ ਜੀ ਮਾਲਕ, ਇੱਧਰ ਅੰਕਲ ਨਾਲ ਸਾਡੇ ਹੈਲਪਰ ਕਰਿਆ ਕਰਨਗੇ। ਤੇ ਗੋਪੀ ਕੀ ਕਰਿਆ ਕਰਨਾ, ਤੂੰ ਜੂਸ ਕੱਢਿਆ ਕਰੇਗਾ, ਤੂੰ ਜੂਸ ਬਣਾਇਆ ਕਰੇਗਾ। ਅੱਛਾ, ਜੂਸ ਦਾ ਕੰਮ ਕਿੰਨੇ ਤੁਹਾਡਾ, ਤੁਸੀਂ ਫੇਮਸ ਹੋ ਗਏ ਪੂਰੇ ਜ਼ਿਆਦਾ, ਤੁਹਾਡਾ ਕੱਪ ਕਿੰਨੇ ਦਾ ਵਿਕਿਆ ਕਰੂ ਜੂਸ ਦਾ? ਇਹਨਾਂ ਨੇ 1000 ਰੁਪਏ ਦਾ ਗਲਾਸ ਹੈ ਜੀ, 1000 ਰੁਪਏ ਦਾ ਇਹਨਾਂ ਦਾ ਕੱਪ ਵਿਕੂਗਾ ਜੀ, 1000 ਰੁਪਏ ਦਾ ਜੂਸ ਦਾ ਜੇ ਕਿਸੇ ਨੇ ਪੀਣਾ। ਇਹ ਹੈਗਾ ਜੀ ਨਿੱਜਰ ਰੋਡ ਦੇ ਉੱਪਰ ਅੰਕਲ ਦੀ ਦੁਕਾਨ ਆ, ਸਾਡੇ ਦੀ ਰੇਹੜੀ ਲਾਈ ਹੋਈ ਆ, ਤੇ ਤੁਸੀਂ ਜੂਸ ਦੀ ਦੁਕਾਨ ਤੇ 1000 ਰੁਪਏ ਦਾ ਕੱਪ, ਹਾਂ 1000 ਰੁਪਏ ਦਾ ਕੱਪ ਪੀ ਸਕਦੇ ਹੋ, 1000 ਰੁਪਏ ਦਾ ਇੱਕ ਕੱਪ ਪੀ ਸਕਦੇ ਹੋ। ਹਾਂਜੀ ਦੋਸਤੋ, ਕਿੱਦਾਂ ਦੀ ਲੱਗੀ ਤੁਹਾਨੂੰ ਇਹ ਵੀਡੀਓ, ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਮਿਲਾਂ ਕਿਸੇ ਨਵੀਂ ਅਪਡੇਟ ਨਾਲ, ਤਦ ਤੱਕ ਦੇਖਦੇ ਰਹੋ ਮਰਜਾਣਾ ਟੀਵੀ।